ਹਾਂਜੀ ਬੇਟਾ ਜੀ ਕਲਾਸ ਦੇ ਦੁਬਾਰੇ ਸੈਸ਼ਨ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਤੇ ਅੱਜ ਸਭ ਤੋਂ ਪਹਿਲਾਂ ਕੈਲਗਰੀ ਤੋਂ ਜਪਨੀਤ ਕੌਰ ਇਹ ਇੰਗਲਿਸ਼ ਦੇ ਵਿੱਚ ਸਮਰਾਈਜ਼ ਕਰਨਗੇ ਅੱਜ ਦੇ ਸੈਸ਼ਨ ਨੂੰ ਤੇ ਫਿਰ ਪੰਜਾਬੀ ਦੇ ਵਿੱਚ ਵਿਨੀਪੈਗ ਤੋਂ ਰਮਨੀਕ ਕੌਰ ਉਹ ਪੰਜਾਬੀ ਵਿੱਚ ਸਮਰਾਈਜ਼ ਕਰਨਗੇ ਫਿਰ ਕੁਐਸਚਨ ਅੱਜ ਪੁੱਛਣਗੇ ਹਰਸ਼ੀਨ ਕੌਰ ਵਾਂਸ हरशीन कौर ग्रैवलबर्ग तो वंश कैलगरी तो अलगरी तो ही अभनीत कौर एक कोश्चन पूछे उस तो पहला एक क्वेश्चन सच हाँ एक क्वेश्चन न्यूजर्सी तो तुम सिंह छोटी जी बच्ची हर क्लास अटेंड कर दी है यू एस तो, ए तो ये कोश्चन पूछे एक क्वेश्चन ब्रिटी पुछेगी रजैना तो ते, एक कोश्चन सरी तो युवराज भी पूछेगा ओके बेटे उस तो पहला मैं पूछना चाहना कि हरनूर ती अज क्वेश्चन कहा तो नहीं मैं नहीं आज जी तो क्वेश्चन रेडी है तो पूछ सद ओके बेटे उस तो पेल मेरा क्वेश्चन है कि ते तो किस किसने हथ खड़ा करके दसना है किने कि तो अर्था समेत सहज पाठ शुरू कर दिता है वाह बहुत अच्छे मनराज सिंह ने शुरू कर दिता गुरशान ने शुरू कर दिता है रमनीक कौर ने मिनीपैक मिनीपैग तो उन्होंने भी, तो, भी शुरू कर दिता है जैसनूर ती कर रहे हो अच्छा 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 पुतो दोनों ओके कौन कर रहे है ओके निमरत कौर ਵਿਕਾਰੇ ਨੇ ਬਲਜੋਤ ਰਾਏ ਵੀ ਨਹੀਂ ਪੈਕ ਤੋਂ ਵੀ ਕਰ ਰਹੇ ਨੇ ਸੀਰਤ ਵੀ ਕਰ ਰਹੀ ਵਾਓ ਬਹੁਤ ਅੱਛੇ ਓਕੇ ਬੇਟੇ ਜਿਹੜੇ ਰਹਿ ਗਏ ਨੇ ਅੱਜ ਹੀ ਸ਼ੁਰੂ ਕਰ ਦੇਣਾ ਪਹਿਲਾਂ YouTube ਤੇ ਜਾ ਕੇ ਗੁਰਗਿਆਨ ਟੀਵੀ ਫਾਈਂਡ ਕਰਨਾ ਗੁਰਗਿਆਨ ਟੀਵੀ ਫਾਈਂਡ ਕਰਕੇ ਉਹਦੇ ਚ ਪਲੇਲਿਸਟ ਤੇ ਕਲਿੱਕ ਕਰਨਾ ਪਲੇਲਿਸਟ ਤੇ ਕਲਿੱਕ ਕਰਕੇ ਉਸ ਪਲੇਲਿਸਟ ਦੇ ਵਿੱਚ ਸਹਿਜ ਪਾਠ ਵਿਦ मीनिंग्स ਪਲੇਲਿਸਟ ਹੈ ਉਹਦਾ ਪੂਰਾ ਪਲੇਲਿਸਟ ਦਾ ਨੇਮ ਹੈ S G G S ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਰਟ ਫਾਰਮ ਹੈ ਐਸ ਜੀ ਜੀ ਐਸ ਸਹਿਜ ਪਾਠ ਵਿਦ मीनिंग्स ਠੀਕ ਹੈ ਉਸ ਤੋਂ ਕੀ ਕਰਨਾ ਤੁਸੀਂ ਪਹਿਲਾਂ ਜਿਹੜੀ ਉਹਦੀ 0001 ਨੰਬਰ ਐਪੀਸੋਡ ਹੈ ਉਹ ਪਹਿਲਾਂ ਸੁਣਨਾ ਹੈ ਇੱਕ ਕਾਪੀ ਪੈਨ ਲਾ ਲਿਓ ਜਿਹੜਾ ਪੂਰਾ ਸੁਣ ਲਿਆ ਉਹ ਲਿਖ ਦਿੱਤਾ ਕਿ ਇੱਕ ਐਪੀਸੋਡ ਮੇਰਾ ਹੋ ਗਿਆ ਅਰਥਾਂ ਸਮੇਤ ਪੂਰੇ ਧਿਆਨ ਨਾਲ ਸੁਣਨਾ ਸਾਰਾ ਉਹਦੇ ਚੋਂ ਸਿੱਖਣਾ ਹੈਗਾ ਠੀਕ ਹੈ ਤੇ ਤੁਸੀਂ ਸਦਕਪਾਲ ਸ਼ੁਰੂ ਕੀਤਾ ਨਹੀਂ ਸ਼ੁਰੂ ਕਰਨਾ ਅੱਜ ਹੀ ਸ਼ੁਰੂ ਕਰੋ ਬੇਟੇ ਅੱਜ ਹੀ ਸ਼ੁਰੂ ਕਰ ਦੋ ਸਾਰੇ ਤੇ ਅਬਨੀਤ ਜਪ ਤੁਹਾਡਾ ਮੈਂ ਅੱਜ ਇੱਕ ਸਾਜ ਕੋਸ਼ ਦੀ ਵਿਚਾਲਿਆ ਤਾਂ ਮੈਂ ਕਿ ਜਦੋਂ ਇਹ ਮੌਕਾ ਵੀ ਆ ਫਿਰ ਮੈਂ ਹੋਰੇ ਤੋਂ ਸ਼ੁਰੂ ਕਰੂੰਗੀ ਓਕੇ ਠੀਕ ਹੈ ਤੇ ਰਮਨ ਤੁਸੀਂ ਅਰਥਸ ਮੈਸੇਜ ਪਰ ਸ਼ੁਰੂ ਕਰ ਦਿੱਤਾ ਪੁੱਤ ਹਾਂਜੀ ਵਾਓ ਬਹੁਤ ਅੱਛੇ ਤੇ ਕਿੰਨੇ ਐਪੀਸੋਡ ਤੇ ਪਹੁੰਚ ਗਏ ਤੁਸੀਂ ਅ ਦੋ ਓਕੇ ਤੇ ਇੱਕ ਕਾਪੀ ਪੈਨ ਲੈ ਲਿਓ ਕਾਪੀ ਪੈਨ ਲੈ ਕੇ ਜਿਹੜਾ ਐਪੀਸੋਡ ਹੋ ਗਿਆ ਉਹ ਲਿਖ ਲਿਓ ਤੇ ਤੁਸੀਂ ਅਰਥਾਸਮੇ ਸਹਿਜ ਪੜ ਸਾਰੇ ਨੇ ਸ਼ੁਰੂ ਕਰਨ ਜਪ ਨਹੀਂ ਤੁਸੀਂ ਸ਼ੁਰੂ ਕਰਤਾ ਪੁੱਤ ਆ ਹਾਂਜੀ ਠੀਕ ਹੈ ਜਿਨਾਂ ਨੇ ਨਹੀਂ ਕੀਤਾ ਉਹ ਅੱਜ ਹੀ ਸ਼ੁਰੂ ਕਰ ਦਿਓ ਸਾਰੇ ਬੱਚਿਆਂ ਨੇ ਅਰਥਾਸਮੇ ਸਹਿਜ ਪੜ ਕਰਨਾ ਹੈ ਠੀਕ ਹੈ ਤੇ ਨਾਲ-ਨਾਲ ਆਪਣੇ ਮੰਮੀ ਡੈਡੀ ਨੂੰ ਅੰਕਲ ਆਂਟੀ ਨੂੰ ਦਾਦਾ ਦਾਦੀ ਨਾਨਾ ਨਾਨੀ ਮਾਮਾ ਮਾਮੀ ਮਾਸੀ ਮਾਸੜ ਭੂਆ ਫੁੱਫੜ ਸਾਰਿਆਂ ਨੂੰ ਤੁਸੀਂ ਮੋਟੀਵੇਟ ਕਰਨਾ ਹੈ ਠੀਕ ਹੈ ਸਾਰੇ ਹੀ ਸਹਿਜ ਪਾਠ ਕਰਨਗੇ ਤੇ ਇਗਨੋਰ ਤੁਸੀਂ ਵੀ ਸਹਿਜ ਪਾਠ ਸ਼ੁਰੂ ਕਰ ਦੇਣਾ ਪੁੱਤ ਠੀਕ ਹੈ ਛੋਟੇ ਬੱਚਿਆਂ ਨੇ ਨਾਲ ਦੀ ਨਾਲ ਸ਼ੁਰੂ ਕਰਨਾ ਹੈ ਸਾਰਿਆਂ ਨੇ ਸ਼ੁਰੂ ਕਰਨਾ ਹੈ ਜਿੰਨੀ ਛੋਟੀ ਉਮਰ ਤੋਂ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਕਰੋਗੇ ਗੁਰੂ ਦਾ ਵਿਰਸਾ ਤੁਹਾਡੇ ਅੰਦਰ ਸਿੰਜਿਆ ਜਾਏਗਾ ਸਾਡੇ ਕੋਲੇ ਕੁਝ ਜਿਹੜੇ ਨੇ ਉਹਨਾਂ ਦੇ ਆ ਨਹੀਂ ਰੇਕ ਤਾਂ ਨਿਮਰਤ ਕੌਰ ਆਪਣਾ ਕੈਮਰਾ ਔਨ ਕਰੋ ਜੀ ਤੁਹਾਡਾ ਕੈਮਰਾ ਨਹੀਂ ਚੱਲ ਰਿਹਾ ਕੁਲਜੀਤ ਕੁਲਜਿੰਦਰ ਕੌਰ ਹਾਂ ਕੁਲਜਿੰਦਰ ਆਈਫੋਨ ਆ ਰਿਹਾ ਹੈ ਆਪਣਾ ਕੈਮਰਾ ਔਨ ਕਰੋ ਜੀ ਨਵਰੀਤ ਤੁਹਾਡਾ ਕੈਮਰਾ ਨਹੀਂ ਚੱਲ ਰਿਹਾ ਨਵਰੀਤ ਕੈਮਰਾ ਔਨ ਕਰ ਦੋ ਠੀਕ ਹੈ ਅਗਰ ਕਿਸੇ ਦਾ ਕੈਮਰਾ ਬੰਦ ਹੋਏਗਾ ਤਾਂ ਫਿਰ ਅਸੀਂ ਇਧਰੋਂ ਕਲਾਸ ਉਹਦੀ ਕੱਟੀ ਜਾ ਸਕਦੀ ਹੈ ਓਕੇ ਹੁਣ ਬੇਟਾ ਜੀ ਸਮਰਾਈਜ਼ ਕਰਨਗੇ ਸਭ ਤੋਂ ਪਹਿਲਾਂ English uh, David Japanese kar Calgary to Japanese. Today, we, lear we learned about a sakhi. that's about by energy. And by energy is also known as Guru -ji. He used to live in a bend called Mata de Saran. And that was that was a bin ruled by dictatorship. And then um, when uh, like a royal Raja attacked, the paint got destroyed and the houses were made of dirt which made them like um which you couldn't like they weren't very sustainable you couldn't reuse them again you had to start from scratch to make them again and then after that uh, his dad Far Faru singji which is good one good uh, by energy's dad both of them moved to, to a new pen called Kangdor. Uh, and then uh, Bhai Faroo Singh did a lot of jobs in the Bind. Uh, first he used to do, for the Bind that they were in, they used to, he used to work as a government official. And then when they moved uh, to, to the new Bind, uh, he opened up a lot of shops. And then one of his, one of the most popular jobs he had was he took pilgrims to religious tours around the area to explain what everything meant. And then after uh, his death, after he expired, his son Guru Angad or Bailana Singhji, Singh uh, he took the he took he took his dad's place uh, as a religious as a person to do religious tours for five years. And then, like the the bin that they were in, there was another person named by Jod Singh Ji, and uh, he was a person in the bin, and he lit and um. He every single day he used to go to Guru Nanak Dev Ji and then he listened every day and he took a lot of advice. And uh, uh, what like he always used to talk to everybody very nicely and used to help everybody and then Bailanaji was very impressed and then the next day uh, they both of them met at a watering hole uh, a, uh, in the fields. And then he he was very impressed that uh, he was very nice and respectful. So after that, um, by Lana Singh Ji, uh, he went to Kartarpur the next day. And then an old man came near them, and they asked for help to take them to the Dhamshala where Guru Nanak Dev Ji was. and then uh, after he after bailana singh ji went there he was very surprised and he figured that he wanted to be a sikh and he started to say stay there okay bete okay. okay, okay, okay. main ek thoda ja correct karde ha singh shabd jehda si oh 10ve paatsha to baad shuru hoya jinna jinna ne amrit chakya hai na us to pehla bhai jod bhai lena is tarah de naam san ਜਿਨ੍ਹਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ ਉਹਨਾਂ ਦੇ ਨਾਮ ਨਾਲ ਸਿੰਘ ਤੇ ਬੀਬੀਆਂ ਦੇ ਨਾਮ ਨਾਲ ਕੌਰ ਸ਼ਬਦ ਸ਼ੁਰੂ ਹੋਇਆ ਜਿਨ੍ਹਾਂ ਦੇ ਵੀ ਦਾਦੇ ਪਰਦਾਦੇ ਦਾ ਨਾਮ ਜਾਂ ਜਿਨ੍ਹਾਂ ਦੇ ਘਰਾਂ ਵਿੱਚ ਸਿੰਘ ਤੇ ਕੌਰ ਸ਼ਬਦ ਹੈ ਇਟ ਮੀਨਸ ਸਾਡੀ ਪਿੱਛੇ ਜਨਰੇਸ਼ਨ ਚੋ ਕਿਸੇ ਨੇ ਗੁਰੂ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ ਸੀ ਠੀਕ ਹੈ ਜੇ ਕਿਸੇ ਨੇ ਅੰਮ੍ਰਿਤ ਛਕਿਆ ਸੀ ਤਾਂ ਸਿੰਘ ਕੌਰ ਸ਼ਬਦ ਸ਼ੁਰੂ ਹੋਇਆ ਠੀਕ ਹੈ ਉਸ ਤੋਂ ਬਾਅਦ ਕੋਈ ਨਾ ਕੋਈ ਸਾਡੀ ਜੇ ਘਰ ਵਿੱਚ ਅੰਮ੍ਰਿਤ ਦੀ ਦਾਤ ਨਹੀਂ ਹੈ ਅਮ੍ਰਿਤਾਰੀ ਪਰਿਵਾਰ ਨਹੀਂ ਹੈ ਇਟ ਮੀਨਸ ਕਿਸੇ ਨਾ ਕਿਸੇ ਨੇ ਉਹ ਜਿਹੜੀ ਲੜੀ ਸੀ ਬ੍ਰੇਕ ਕਰ ਦਿੱਤੀ ਠੀਕ ਹੈ ਉਹ ਬ੍ਰੇਕ ਕਦੋਂ ਹੁੰਦੀ ਹੈ ਜਦੋਂ ਅਸੀਂ ਫਾਲੋਅਰ ਨਹੀਂ ਬਣਦੇ ਜਦੋਂ ਅਸੀਂ ਓਬੀਡੀਅੰਟ ਨਹੀਂ ਬਣਦੇ ਗੁਰੂ ਦੇ ਉਦੋਂ ਅਸੀਂ ਸਾਡੇ ਅੰਦਰੋਂ ਇਹ ਚੀਜ਼ ਮੋਟੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਇਸ ਲਈ ਹਰ ਗੁਰੂ ਕੇ ਗੁਰਸਿੱਖ ਨੇ ਗੁਰੂ ਪਾਤਸ਼ਾਹ ਦਾ ਓਬੀਡੀਅੰਟ ਸਿੱਖ ਬਣਨਾ ਹੈ ਫਾਲੋਅਰ ਬਣਨਾ ਹੈ ਟੀਚਿੰਗ ਨੂੰ ਫਾਲੋ ਕਰਨਾ ਹੈ ਹਾਂਜੀ ਬੇਟਾ ਜੀ ਹੁਣ ਵਿਨੀਪੈਗ ਤੋਂ ਰਮਨੀਕ ਕੌਰ ਪੰਜਾਬੀ ਦੇ ਵਿੱਚ ਅੱਜ ਦੇ ਸੈਸ਼ਨ ਨੂੰ ਸਮਰਾਈਜ਼ ਕਰੇਗੀ ਰਮਨੀਕ ਕੌਰ ਪਹਿਲਾਂ ਆਪਣੀ ਸਿੱਖਿਆ ਸੀ ਪਹਿਲੇ ਨਾ ਕੌਣ ਸਨ ਉਹ dance ਗੁਰੂ ਗੋਬਿੰਦ ਗੁਰੂ ਅੰਗਦ ਜੀ ਸੀ ਨਾਗੇ ਸਾਤ ਵਸਾਇਆ ਸੀ ਇਸ ਨੂੰ ਮੁੱਤੇ ਦੀ ਸਰਾਂ ਨਾਗੇ ਕਹਿੰਦੇ ਸਨ ਬਸ ਵੈਰੀ ਗੁੱਡ ਨੇ ਜਦੋਂ ਹਮਲਾ ਕੀਤਾ ਸੀ ਪੈਂਚ ਉੱਜੜ ਗਿਆ ਪਾਈ ਲੈਣਾ ਦੇ ਪੇਟਾ ਦਨਾ ਪਾਈ ਫੇਰੂ ਸੀ ਫੇਰੂ ਮਲ ਸੀ ਦੁੱਜੇ ਦੁੱਜੇ ਪਈ ਲੈਣਾ ਜੀ ਤੇ ਪਿਤਾ ਜੀ ਖਡੂਰ ਮਰ ਮੁਖ ਹੋਏ ਸੀ ਜੇ ਤੋ ਉਹ ਪਿੰਡ ਉੱਜੜ ਗਿਆ ਲੈਣਾ ਤੇ ਪਿਤਾ ਜੀ ਇੱਕ ਧਾਰਮਿਕ ਸੁਥਾਨ ਤੇ ਖਡੂਰ ਸਾਹਿਬ ਤੇ ਸੰਗਤ ਲੈ ਕੇ ਕੰਦੇ ਜਾਂਦੇ ਸਾਂਨੇ ਰਸਤੇ ਵਿੱਚ ਕਰਤਾਰਪੁਰ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਸਨ ਪਿਤਾ ਜੀ ਦੀ ਡੈਥ ਡੈਥ ਤੋਂ ਬਾਅਦ ਪਾਈ ਲੈਣਾ ਜੀ ਜਥਾ ਲੈ ਕੇ ਯਾਤਰਾ ਵਾਸਤੇ ਜਾਂਦੇ ਸਨ ਪਾਈ ਜੋਧ

ਕੈਲਗਰੀ ਤੋਂ ਜਪਨੀਤ ਨੇ ਜੋ ਸਮਰਾਈਜ਼ ਕੀਤਾ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਜਿਹੜੇ ਮਾਰਕਸ ਨੇ ਉਹ 10 ਆਊਟ ਆਫ 10 ਦੇ ਰਿਆ ਤੇ ਰਮਨੀਕ ਨੂੰ ਅੱਜ ਦੇ ਜੋ ਇਹਨੇ ਸਮਰਾਈਜ਼ ਕੀਤਾ ਉਹਦੇ ਮਾਰਕਸ ਜਿਹੜੇ ਨੇ 10 ਆਊਟ ਆਫ 10 ਨੇ ਪਰ ਉਹਦੇ ਵਿੱਚੋਂ ਮੈਂ 4 ਨੰਬਰ ਜਿਹੜੇ ਐ ਉਹਨਾਂ ਦੀ ਮੰਮੀ ਨੂੰ ਦੇ ਦਿੰਦਾ ਠੀਕ ਐ ਰਮਨੀਕ ਓਕੇ ਹੁਣ ਕੁਐਸਚਨ ਪੁੱਛਣਗੇ ਵਾਰੀ ਵਾਰੀ ਨਾਲ ਪਹਿਲਾ ਕੁਐਸਚਨ ਅਬਨੀਤ ਕੌਰ ਕੈਲਗਰੀ ਤੋਂ ਹੀ ਵਾਸ ਦਾ ਫਾਦਰ ਆਫ ਗੁਰੂ ਅੰਗਦ ਦੇਵ ਜੀ ਹਾਂਜੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿੰਨਾ ਜਿੰਨਾਂ ਨੂੰ ਪਤਾ ਹੈ ਹੱਥ ਖੜਾ ਕਰੋ ਉਹ ਵਾਓ ਨਿਮਰ ਕੌਰ ਟੋਰਾਂਟੋ ਟੋਰਾਂਟੋ ਤੋਂ ਤੁਸੀਂ ਹਾਂਜੀ ਓਕੇ ਵਾਹ ਪੁੱਤ ਸ਼ਾਬਾਸ਼ ਨਿਮਰ ਕੌਰ ਇਹਦਾ ਕੁਐਸਚਨ ਦਾ ਆਨਸਰ ਦੇਣਗੇ ਫੈਰੂਵਾਲ ਜੀ ओ वाओ बहुत अच्छे पुत्र बहुत सयाना पुत्र है शाबाश कमाल करती भई नेक्स्ट क्वेश्चन पूछेंगे हरशीन किधर गई हरशीन जो है ओके हरशीन का ग्रेबल वर्ग तो क्वेश्चन पूछेंगे हरशीन का अह uh, पहलाना जी कौन सा है पहलाना जी कौन सा ओके okay. ਇਹਦਾ ਆਨਸਰ ਦੇਣਗੇ ਓਕੇ ਕੈਲਗਰੀ ਤੋਂ ਨਹੀਂ ਸੌਰੀ ਸਰੀ ਤੋਂ ਤੇ ਇਗਨੂਰ ਕਰੋ ਉਹ ਪਿੰਡ ਦਾ ਜੱਤਾ ਮਨਾ ਕੇ ਧਾਰਮਿਕ ਸਤਾਵਾ ਵਿੱਚ ਜਾਂਦੇ ਸੀ ਵਾਓ ਕਮਾਲ ਕਰਤੀ ਪੁੱਤੋਏ ਤੇਗਨੂਰ ਬਹੁਤ ਸਿਆਣਾ ਹੋ ਗਿਆ ਓਕੇ ਹੁਣ ਅਗਲਾ ਕੁਐਸਚਨ ਪੁੱਛਣਗੇ ਕੈਲਗਰੀ ਤੋਂ वंश वंश कैमरा माइक ऑन करो हाँ जी भाई जोत जी कितने रहते सी भाई जोद जी कितने रहते सन वाह ओके आंसर देंगे यूएसए तो न्यू जर्सी तो तुम सिंह भाई मत्ते दी सरां भाई मत्ते दी सरां ਤਮ ਸਿੰਘ ਬਹੁਤ ਸਿਆਣਾ ਪੋਤਾ ਸ਼ਾਬਾਸ਼ ਬੁੱਤ ਕਮਾਲ ਕਰਤੀ ਓਕੇ ਮਤੇ ਦੀਸਣਾ ਹੁਣ ਇੱਕ ਕੁਐਸਚਨ ਪੁੱਛਣਗੇ ਸਰੀ ਤੋਂ ਜਗਰਾਤ ਸਿੰਘ ਹੂ ਵਾਸ ਬਾਬਰ ਸਰੀ ਦਵਾਰੇ ਪੁੱਤ ਆ ਹੂ ਵਾਸ ਬਾਬਰ ਹੂ ਇਜ਼ ਬਾਬਰ ਬਾਬਾ ਨਾਲੇ ਪੁੱਤ ਡਿਵਾਈਸ ਠੀਕ ਕਰ ਲੈ ਥੋੜੀ ਜੀ ਦਿਸਦਾ ਨਹੀਂ ਤੂੰ ਉੱਪਰ ਨੂੰ ਕਰ ਲੈ ਹਾਂਜੀ ਬਾਬਰ ਕੌਣ ਸੀ ਓਕੇ ਇਹਦਾ ਆਨਸਰ ਦੇਣਗੇ ਗ੍ਰੇਵਲ ਵਰਗ ਤੋਂ ਜੈ ਰੂਪ ਸਿੰਘ ਉਹ ਮੁਗਲ ਦਾ ਸਭ ਤੋਂ ਪਹਿਲਾ एंपਾਇਰ ਰਾਜਾ ਸੀ ਓ ਵਾਓ ਕੁਮਾਰਾ ਹੋ ਗਈ ਜੈ ਰੂਪ ਕੈਲਗਰੀ ਕਦੋਂ ਜਾਣਾ ਸਮਰ ਅੱਛਾ ਓਕੇ ਸਾ ਵਾਓ ਬਹੁਤ ਅੱਛਾ ਠੀਕ ਹੈ ਪੁੱਤ ਓਕੇ ਹੁਣ ਨੈਕਸਟ ਕੁਐਸਚਨ ਪੁੱਛਣਗੇ ਸਮ੍ਰਿਤ ਤੁਹਾਡੇ ਕੋਲ ਹੈ ਕੁਐਸਚਨ ਪੁੱਤ ਸਮ੍ਰਿਤ ਆ ਨਹੀਂ ਮੈਂ ਅੱਜ ਥੋੜੀ ਜਿਹੀ ਲੇਟ ਜੁਆਇਨ ਕੀਤੀ ਓਕੇ ਕੋਈ ਨੀ ਕੋਈ ਓਕੇ ਓਕੇ ਹੁਣ ਇੱਕ ਕੁਐਸਚਨ ਪੁੱਛਣਗੇ ਰਜੈਨਾ ਤੋਂ ਬ੍ਰਿਤੀ ਬ੍ਰਿਤੀ ਭਾਈ ਜੋਤ ਸਿੰਘ ਜੀ ਦਾ ਬਿਹਾਰੀ ਕੰਦਾ ਸੀ ਪਿੰਡ ਬੜਿਆਂ ਦੇ ਨਾਲ ਭਾਈ ਜੋਦ ਪਾਈ ਜੋਤ ਸਿੰਘ ਜੀ ਤਾਂ ਵੀ ਪਿੰਡ ਵਜਾਂ ਦੇ ਨਾਲ ਕੰਦਨ ਦਸੀ ਵਾਓ ਓਕੇ ਸਰੀ ਜਵਾਬ ਦੇਣਗੇ ਸਰੀ ਤੋਂ ਸਿਦਕਪਾਲ ਸਿੰਘ ਅਰਾਦਾ ਬਹੁਤ ਚਾਬੇ ਵੀਰ ਸੀਗਾ ਤੇ ਜਿੱਦਾਂ ਵਿਲੇਜਰਸ ਗੱਲਾਂ ਕਰਦੇ ਸੀ ਉਹਨਾਂ ਤੋਂ ਬਹੁਤ ਡਿਫਰੈਂਟ ਸੀ ਤੇ ਪਾਈ ਲੈਣਾ ਜੀ ਉਹਨਾਂ ਤੋਂ ਬੜੇ ਇੰਪ੍ਰੈਸ ਹੋਏ ਸੀ ਓਕੇ ਬਹੁਤ ਅੱਛੇ ਹੁਣ ਬੇਟਾ ਜੀ ਜਿੰਨੇ ਵੀ ਕੁਐਸਚਨ ਤੁਹਾਡੇ ਕੋਲੇ ਹੈਗੇ ਨੇ ਅਬਨੀਤ ਤੁਸੀਂ ਕੰਟੀਨਿਊ ਪਹਿਲਾਂ ਅਬਨੀਤ ਪੁੱਛ ਲੈਗੀ ਕੰਟੀਨਿਊ ਕੁਐਸਚਨ ਹਾਂਜੀ ਵਾਟ ਇਸ ਦੇ ਮੀਨ ਟੂ ਬੀ ਅ ਸਿਕ ਓਕੇ ਵਾਓ ਓਕੇ ਕੈਲਗਰੀ ਤੋਂ ਵਾਂਸ ਅ ਟੂ ਬੀ ਅ ਫਾਲੋਅਰ ਐਂਡ ਟੂ ਬੀ ਅ ਗੁਰੂ ਗੁਰੂ ਜੀਸ ਫਾਲੋਅਰ ਐਂਡ ਆਲਵੇਸ ਲਿਸਟ ਟੂ ਵਾਟ ਐਵਰ ਹੀ ਸੇਸ And to start off with that, you need to listen to your parents if you, if you want to listen to Guruji. Okay, next question, but Avneet. next. Who was Baijod? Baijod can't Okay. ਹੁੰਦਾ ਸੀਗਾ ਓਕੇ ਹਰਨੂਰ ਕੌਰ ਕੈਲਗਰੀ ਤੋਂ ਅੰਪਈ ਜੋਦ ਐਕਸੀਸੀ ਜੋ ਗੁਰੂ ਨਾਨਕ ਦੇਵ ਜੀ ਦੇ ਨਾਮ ਕਰਤਾਰ ਪਰ ਰਹਿੰਦੇ ਸੀ ਜਸਨੂਰ ਨੇ ਕੀਤਾ ਸੀ ਹੱਥ ਖੜਾ ਕੇ ਹਰਨੂਰ ਨੇ ਜਸਨੂਰ ਨੇ ਕੀਤਾ ਸੀ ਮੈਂ ਜਸਨੂਰ ਨੂੰ ਹੀ ਪੁੱਛਿਆ ਸੀ ਮੈਨੂੰ ਹਰਨੂਰ ਕਿਹਾ ਗਿਆ ਕੋਈ ਨਹੀਂ ਓਕੇ ਜਸਨੂਰ ਤੁਸੀਂ ਦੱਸ ਦਿਓ ਪੁੱਤ ਨੂੰ ਜਸਨੂਰ ਬਹੁਤ ਸਿਆਣਾ ਪੁੱਤ ਹੈ ਹਾਂ ਉਹ ਗੁਰੂ ਨਾਨਕ ਦੇਵ ਜੀ ਨਾਲ ਰਹਿੰਦੇ ਸੀ ਕਿ ਹਾਂ ओके वाओ बहुत अच्छे पुत्र हां जी नेक्स्ट पुत्र अवनीत हाउ वाज बाय लाना जी इंस्पायर्ड बाय बाय जोड हरशीन कौर ग्रेवल वर्क तो ਭਾਈ ਲਾਨਾ ਜੀ ਭਾਈ ਜੋ ਤੂੰ ਇਸ ਲਈ ਪ੍ਰਭਾਵਿਤ ਹੋ ਗਈ ਸੀ ਕਿਉਂਕਿ ਉਹ ਸਾਰੇ ਨਾਲ ਬੜੀ ਉਹਨਾਂ ਦਾ ਸੁਭਾਅ ਬੜਾ ਚੰਗਾ ਸੀ ਤੇ ਸਾਰਿਆਂ ਨੂੰ ਬਜਾਇ ਉਹਨਾਂ ਨੂੰ ਪੁੱਛਣ ਦਾ ਕਿ ਉਹ ਇੱਕ ਤਾਂ ਦੀ ਖੇਤੀ ਕਿੱਦਾਂ ਚੱਲਦੀ ਪਈ ਹੈ ਉਹ ਲੋਕ ਉਹਨਾਂ ਨਾਲ ਤੇ ਉਹ ਲੋਕ ਪੜਨਾ ਗੱਲ ਕਰਦੇ ਹੁੰਦੇ ਸੀ ਤੇ ਸਾਰਿਆਂ ਦੀ ਮਦਦ ਕਰਦੇ ਹੁੰਦੇ ਸੀ ਹਮ ਨੈਕਸਟ ਅਵਨੀਤ what did we learn from today's class ਅਨੈ ਸਮਝ ਆ ਗਿਆ ਕੁਐਸਚਨ ਓਕੇ ਅ ਆਨਸਰ ਦੇਣਗੇ ਬਿਨੀ ਪੈਗ ਤੋਂ ਬਲਜੋਤ ਰਾਏ ਅਜੀ ਪਿਕਾਸ ਚਾਹ ਪਾ ਸਿੱਖਿਆ ਸਿਵੇ ਆਪਾ ਨੂੰ ਆਮ ਗੁਰਬਾਨੀ ਪਾਣੀ ਚਾਹੀਦਾ ਹਨ ਉਹ ਮੈਂ ਕਿੰਨਾ ਚਾਹੀਦਾ ਤੇ ਜਿਹੜੇ ਗੁਰੂ ਜੀ ਨੇ ਬਚਨ ਕੀਤੇ ਹੈ ਗੁਰਬਾਨੀ ਦੇ ਚਾਪਾ ਨੂੰ ਅਨਨ ਨੂੰ ਮੰਨਣਾ ਚਾਹੀਦਾ ਹੈ ਇਹ ਦੇ ਜਿਹੜਾ ਵੀ ਗੁਰੂ ਦਾ ਪਾਚਾ ਹੁੰਦਾ ਹੈ ਸਭ ਤੋਂ ਵੱਡਾ ਹੁੰਦਾ ਵੀ ਆਪਣੇ ਆਪ ਨੂੰ ਹਮੇਸ਼ਾ ਉਹਦੇ ਉਹਨੂੰ ਮੰਨ ਕੇ ਜੀਣਾ ਚਾਹੀਦਾ ਹੈ ਵਾਹ ਬਹੁਤ ਅੱਛੇ ਬੋਲਦੇ ਕਮਾਲ ਕਰਤੀ ਬਤ ਹਾਂਜੀ ਅਵਨੀਤ ਨੈਕਸਟ ਕੁਐਸਚਨ ਹਮ ਇਹ ਨਹੀਂ ਸੀ ਕੁਐਸਚਨ ਓਕੇ ਅ ਹੋਰ ਕਿਹਦੇ ਸੀ ਕੁਐਸਚਨ? ਕੁਐਸਚਨ ਹੋਰ ਕਿਹਦੇ ਕੋਲੇ ਸੀ? ਓਕੇ। ਤੁਮ ਸਿੰਘ ਤੁਸੀਂ ਪੁੱਛ ਲਓ ਪਹਿਲਾਂ ਇੱਕ ਕੁਐਸਚਨ। ਪਾਈ ਲੈਣਾ ਅਮੀਨ। ਪਾਈ ਲੈਣਾ ਜੀਨੇ। ਲੈਣਾ ਜੀਨੇ। ਪਾਈ ਲੈਣਾ ਜੀ।

ओके ਹੋਰ ਕੁਐਸਚਨ ਕੀਤੇ ਕਿਤੇ ਕੋਲ ਸੀ ਹਰਸ਼ੀਨ ਕੋਲੇ ਓਕੇ ਹਰਸ਼ੀਨ ਕੰਟੀਨਿਊ ਪੁੱਛ ਲਓ ਜਿੰਨੇ ਵੀ ਹੈ ਓਕੇ ਅਮ ਜਿਹ ਅ ਇੱਕ ਸਰਾ ਕੀ ਹੁੰਦਾ ਵਾਓ ਉਸ ਦਾ ਪਿੰਡ ਦਾ ਨਾਮ ਸੀ ਮੱਤੇ ਦੀ ਸਰਾ ਉਸ ਤੋਂ ਪਹਿਲਾਂ ਉਹਨੂੰ ਕਹਿੰਦੇ ਸੀ ਨਾਗੇ ਕੀ ਸਰਾ ਸਰਾ ਕਿਸ ਨੂੰ ਕਹਿੰਦੇ ਨੇ ਓਕੇ ਆਨਸਰ ਦੇਣਗੇ ਕੈਲਗਰੀ ਤੋਂ ਜਸਨੂਰ ਕੌਰ ਅਮ ਤਰ ਮਸ਼ਾਲਾ ਹੁੰਦਾ। ਤਰ ਮਸ਼ਾਲਾ ਜਿੱਥੇ ਗੈਸਟ ਹਾਊਸ ਜਿਸ ਤਰ੍ਹਾਂ ਹੁੰਦਾ ਉਸ ਨੂੰ ਉਸ ਵੇਲੇ ਸਰਾਹ ਕਹਿੰਦੇ ਸੀ ਅੱਜ ਵੀ ਜਦੋਂ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਓ ਜਾਂ ਸ਼੍ਰੀ ਅਨੰਦਪੁਰ ਸਾਹਿਬ ਹੁਣ ਤਾਂ ਦਮਦਮਾ ਸਾਹਿਬ ਵੀ ਬਣਾ ਦਿੱਤੀ ਗਈ ਹੈ ਇਸ ਤਰ੍ਹਾਂ ਜਿੱਥੇ ਸਾਰੇ ਹੀ ਯਾਤਰੀ ਰੁਕਦੇ ਨੇ ਉਹਨੂੰ ਗੈਸਟ ਹਾਊਸ ਨੂੰ ਸਰਾਹ ਕਹਿੰਦੇ ਨੇ ਓਕੇ ਨੈਕਸਟ ਕੁਐਸਚਨ ਬਟੇ ਅ ਪਹਿਲਾ ਨਾਜੀ ਤੇ ਉਹਨਾਂ ਦੇ ਪਿਤਾ ਜੀ ਜਦੋਂ ਮਤੇ ਦੀ ਸਰਾ ਜਿਹੜੀ ਡਿਸਟਰੋਏ ਹੋ ਗਈ ਸੀ ਉਹ ਕਿੱਥੇ ਮੂਵ ਹੋਏ ਸੀ? ਓਕੇ। ਪਤਾ ਜੀ ਸ੍ਰਾਮ ਪਿੰਡ ਜਿਹੜਾ ਸੀ ਜਦੋਂ ਬਾਬਰ ਨੇ ਹਮਲਾ ਕੀਤਾ ਡਿਸਟਰੋਏ ਹੋ ਗਿਆ ਸੀ ਤਾਂ ਕਿੱਥੇ ਮੂਵ ਹੋਏ ਸੀ? ਯ ਆਪਣੀ ਥੋੜੀ ਸਿਸਟਰ ਦੱਸੇਗੀ? ਹੱਥ ਖੜਾ ਕੀਤਾ ਦੱਸੇਗੀ? ਹਾਂ ਜੀ ਆਈ ਥਿੰਕ ਸ਼ੀ ਕੈਨ ਟਰਾਇ ਕੋਲ ਊਡ ਯੂ ਥਿੰਕ ਦੀ ਅਨਸਰ ਇਸ? ਹਾਂ? ਪਾਕੋ ਉਹ ਵਾਓ ਅੱਛਾ ਅ ਹੋਰ ਕੌਣ ਦੱਸੇਗਾ ਬਈ ਓਕੇ ਕੈਲਗਰੀ ਤੋਂ ਹਰਜਾਪ ਸਿੰਘ ਖੰਡੂਰ ਸਾਹਿਬ ਖੰਡੂਰ ਸਾਹਿਬ ਬਹੁਤ ਅੱਛਾ ਉਸ ਤੇ ਉਸ ਤੇ ਉਸ ਵੇਲੇ ਸਾਹਿਬ ਸ਼ਬਦ ਨਹੀਂ ਸੀ ਸਾਹਿਬ ਸਾਹਿਬ ਸ਼ਬਦ ਆਪਾਂ ਉਦੋਂ ਤੋਂ ਲਾਉਣਾ ਸ਼ੁਰੂ ਕਰਦੇ ਆ ਜਦੋਂ ਤੋਂ ਉੱਥੇ ਗੁਰੂ ਸਾਹਿਬ ਨੇ ਕੋਈ ਨਾ ਕੋਈ ਕੌਤਕ ਕੀਤਾ ਹੁੰਦਾ ਹੈ ਠੀਕ ਹੈ ਤੇ ਆਪਾਂ ਤੁਹਾਨੂੰ ਨੈਕਸਟ ਵੀਕ ਇੱਕ ਸਾਖੀ ਹੋਰ ਸੁਣਾਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਵੀਕ ਤੋਂ ਬਾਅਦ ਆਪਣੇ ਕੋਲੇ ਆਏਗਾ ਸੈਟਰਡੇ 6 ਮਾਰਚ ਤੋਂ 6 ਮਾਰਚ ਤੋਂ ਬਾਅਦ ਤੁਹਾਨੂੰ ਲੜੀਵਾਰ ਆਪਾਂ ਸ਼ੁਰੂ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਕੀ ਕੀਤਾ ਫਿਰ ਕਿੱਥੇ ਗਏ ਕਿੱਥੇ ਗਏ ਇਦਾਂ ਆਪਾਂ 10 ਗੁਰੂ ਸਾਹਿਬਾਨਾਂ ਦਾ ਇਤਿਹਾਸ ਸ਼ੁਰੂ ਕਰਾਂਗੇ ਤੁਹਾਨੂੰ ਅੱਜ ਦੀ ਰੈਲੇਵੈਂਟ ਲਾਈਫ ਨਾਲ ਰੈਲੇਵੈਂਟ ਕਰਕੇ ਉਹਦੇ ਚੋ ਟੀਚਿੰਗ ਕੀ ਹੈ

ਦੇਵੀ ਵਾਓ ਗੁਰਨਾਨਕਦੇਵ ਜੀ ਬਈ ਬਿਨੀ ਪੈਗਾਰੇ ਸਾਰੇ ਬੱਚੇ ਸਿਆਣੇ ਆ ਇੰਨੇ ਸਿਆਣੇ ਕਿਵੇਂ ਆ ਹੈ ਦੇਖੋ ਕਿੰਨੇ ਸੋਹਣੇ ਆਨਸਰ ਦੇ ਰਹੇ ਨੇ ਕੈਲਗਰੀ ਦੇ ਬੱਚੇ ਕਿੰਨੇ ਸੋਹਣੇ ਆਨਸਰ ਦੇ ਰਹੇ ਨੇ ਬਿਨੀ ਪੈਗ ਦੇ ਬੱਚੇ ਠੀਕ ਹੈ ਤੇ ਕੁਐਸਚਨ ਪੁੱਛਦੇ ਨੇ ਸਰੀ ਦੇ ਬੱਚੇ ਸਰੀ ਦੇ ਬੱਚਿਆਂ ਨੂੰ ਹੋਰ ਥੋੜਾ ਕਨਸਟੈਂਟ ਮਾਈਂਡਡ ਹੋ ਕੇ ਸੁਣਨਾ ਪਏਗਾ ਜਿਹੜੇ ਬੱਚੇ ਕਨਸਟੈਂਟ ਮਾਈਂਡਡ ਹੋ ਕੇ ਸੁਣਦੇ ਨੇ ਉਹੋ ਹੀ ਆਨਸਰ ਦਿੰਦੇ ਹੁੰਦੇ ਨੇ ਠੀਕ ਹੈ ਤੁਸੀਂ ਹਰ ਕਲਾਸ ਵਿੱਚ ਫੁਲੀ ਕਨਸਟੈਂਟ ਮਾਈਂਡਡ ਹੋ ਕੇ ਸੁਣਨਾ ਹੈ ਲਾਸਟ ਕੁਐਸਚਨ ਇੱਕ ਹੋਰ ਪੁੱਛ ਲਓ ਪੁੱਤ ਹਰਸ਼ੀਨ ਹਾਂਜੀ ਅਮ ਸਾਨੂੰ ਤੁਸੀਂ ਦੱਸਿਆ ਸੀ ਤਿੰਨ ਤਰੀਕੇ obedient ਬਨਣ ਵਾਸਤੇ ਉਹ ਤਿੰਨ ਜਿਹੜੀ ਕੀ ਹੁੰਦੇ ਆ ਉਹ ਵਾਓ obedient ਬਨਣ ਵਾਸਤੇ ਕਿਹੜੇ ਤਿੰਨ ਤਰੀਕੇ ਦੱਸੇ ਗਏ ਸਨ ਹਾਂਜੀ ओके बिंदरजीत मम्मा डैडी ਦਾ ਫੋਲੋ ਕਰਨਾ ਸਾਰਿਆਂ ਦਾ ਫੋਲੋ ਕਰਨਾ ਤੇ ਗੁਰੂ ਗੁਰੂ ਦਾ ਫੋਲੋ ਕਰਨਾ ਤੇ ਆਪਾਂ ਨੂੰ ਐ ਨਹੀਂ ਕਿਹਾ ਚਾਹੀਦਾ ਅਸੀਂ ਨਹੀਂ ਫੋਲੋ ਅਸੀਂ ਨਹੀਂ ਆਪਾਂ ਨੂੰ ਐ ਐਂ ਗੋ ਆਪਾਂ ਨੂੰ ਲਿਸਨ ਨਹੀਂ ਆਪਾਂ ਨੂੰ ਲਿਸਨ ਕਰਨਾ ਚਾਹੀਦਾ ਪਰ ਕੀ ਕਿਰਬਾਰ ਕਿ ਝੁੰਦਿਆ ਉਹਨ ਦੇ ਸੈਨੀ ਕਾਰਡਨ ਦੇ ਉਹਨਾਂ ਕੋਲੇ ਬੈਡ ਹੈਬਿਟਸ ਹੁੰਦੀਆਂ ਵਾਓ ਕਮਾਲ ਕਰਤੀ ਪੁੱਤ ਤੁਸੀਂ ਐਕਸਪਲੇਨ ਕਰਨਾ ਚਾਹੋਗੇ ਹਰ ਚੀਜ਼ ਹਾਂਜੀ ਸਭ ਤੋਂ ਪਹਿਲਾਂ ਕਿ ਸਾਨੂੰ ਏਗਨਰੈਂਡ ਨਹੀਂ ਬਦਲਣਾ ਚਾਹੀਦਾ ਜੋ ਸਾਡੇ ਬੇਸ ਕਹਿੰਦੇ ਆ ਉਹ ਸਾਨੂੰ ਮੰਨਣਾ ਚਾਹੀਦਾ ਜਿਹੜੇ ਦੂਜਾ ਹੁੰਦਾ ਜਦ ਵੀ ਆਪਾਂ ਕੋਈ ਚੀਜ਼ ਤਾਂ ਸੁਣਦੇ ਹੁੰਦੇ ਆ ਸਾਨੂੰ ਪੂਰਾ ਧਿਆਨ ਲਾ ਕੇ ਉਹਨੂੰ ਸੁਣਨਾ ਚਾਹੀਦਾ ਤੇ ਜੇ ਤੀਜਾ ਹੁੰਦਾ ਹੈ ਕਿ ਜਦੋਂ ਜੋ ਆਪਾਂ ਸੁਣਦੇ ਆ ਉਹਨੂੰ ਸਾਨੂੰ ਪਹਿਲਾਂ ਸਮਝਣਾ ਚਾਹੀਦਾ ਹੈ ਜਨਾਂ ਸਾਨੂੰ ਉਹਨੂੰ ਅਪਲਾਈ ਕਰਨਾ ਚਾਹੀਦਾ ਆਪਣੀ ਲਾਈਫ ਵਿੱਚ ਠੀਕ ਹੈ ਬਹੁਤ ਸ਼ਾਬਾਸ਼ ਹਾਂਜੀ ਬੇਟੇ ਅੱਜ ਮੈਂ ਤੁਹਾਨੂੰ ਲਾਸਟ ਦੇ ਉੱਪਰ ਸਾਰਿਆਂ ਨੂੰ ਇੱਕ ਮੈਸੇਜ ਦੇ ਰਿਆਂ ਮੈਸੇਜ ਇਹ ਹੈ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਕੋਈ ਨਾ ਕੋਈ ਲਾਈਫ ਦਾ ਵਿਜ਼ਨ ਰੱਖਣਾ ਹੈ ਠੀਕ ਹੈ ਉਹ ਵਿਜ਼ਨ ਕੀ ਰੱਖਣਾ ਹੈ ਕਿ ਅਸੀਂ ਜਿੱਥੇ ਫੈਮਿਲੀ ਰਿਸਪੌਂਸਿਬਿਲਟੀਜ਼ ਨਿਭਾਉਂਦੀਆਂ ਨੇ ਉੱਥੇ ਅਸੀਂ ਨਾਲ-ਨਾਲ ਸੋਸਾਇਟੀ ਵਾਸਤੇ ਗੁਰੂ ਦੀ ਕਮਿਊਨਿਟੀ ਵਾਸਤੇ ਸਿੱਖ ਕਮਿਊਨਿਟੀ ਵਾਸਤੇ ਕੁਝ ਨਾ ਕੁਝ ਕਰਦੇ ਰਹਿਣਾ ਜੋ ਕਮਿਊਨਿਟੀ ਵਾਸਤੇ ਕਰਨਾ ਹੈ ਉਹ ਅਸੀਂ ਆਪਣਾ bizness ਬਣਾਉਣਾ ਬੇਟਾ ਜੀ ਉਸ ਨੂੰ ਉਹ ਸਾਡਾ ਮੇਨ ਮਿਸ਼ਨ ਹੋਵੇ ਤਾਂ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਪਰਿਵਾਰ ਲਈ ਕੀ ਕੀਤਾ ਹੈ ਤੇ ਫਿਰ ਅਸੀਂ ਆਪਣੀਆਂ ਨਿੱਜੀ ਪਰਸਨਲ ਰਿਸਪਾਂਸਿਬਿਲਟੀ ਵਾਸਤੇ ਕੀ ਕੀਤਾ ਹੈ ਤੇ ਨਾਲ ਅਸੀਂ ਗੁਰੂ ਦੀ ਕੌਮ ਦੇ ਲਈ ਕੀ ਕੀਤਾ ਹੈ ਅਸੀਂ ਸਮਾਜ ਦੇ ਲਈ ਕੀ ਕੀਤਾ ਹੈ ਤੇ ਪਿੱਛੇ ਆਪਾਂ ਸੇਵਾ ਵਿੱਚੋਂ ਸਿੱਖਿਆ ਸੀ ਜਦੋਂ ਵੀ ਤੁਸੀਂ ਸੋਸਾਇਟੀ ਲਈ ਕੁਝ ਕਰਨਾ ਹੈ ਕਮਿਊਨਿਟੀ ਲਈ ਕਰਨਾ ਹੈ ਪਹਿਲਾਂ ਦੇਖਣਾ ਹੈ ਰਿਕੁਆਇਰਮੈਂਟ ਕੀ ਹੈ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ ਉਹ ਕਰਨਾ ਹੈ ਦੂਸਰਾ ਕਰਨ ਵਾਸਤੇ ਤੁਹਾਡੇ ਕੋਲ ਪੂਰੀ ਪ੍ਰੋਜੈਕਟ ਫਾਈਲ ਹੋਣੀ ਚਾਹੀਦੀ ਹੈ ਉਹਦੀ ਪੂਰੀ ਤਿਆਰੀ ਹੋਣੀ ਚਾਹੀਦੀ ਹੈ ਫਿਰ ਉਹਦੀ ਡਿਲੀਵਰ ਕਰਨ ਦਾ ਤੁਹਾਡਾ ਸਟਾਈਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤਾਂ ਕਿ ਉਹਦੇ ਰਿਜ਼ਲਟ ਆਉਣ ਤਾਂ ਕਿ ਜਿੱਥੇ ਬਿਜ਼ਨੈਰੀ ਹੋਵੇ ਸਿੱਖ ਉਥੇ ਕ੍ਰਾਂਤੀਕਾਰੀ ਹੋਵੇ ਉਹਦੇ ਰਿਜ਼ਲਟ ਦੁਨੀਆ ਦੇ ਸਾਹਮਣੇ ਹੋਣ ਇਸ ਤਰੀਕੇ ਨਾਲ ਫਿਰ ਆਪਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਬਖਸ਼ਿਸ਼ ਪ੍ਰਾਪਤ ਕਰਦੇ ਹਾਂ ਅੱਜ ਕੌਣ-ਕੌਣ ਨੇ ਜਿਨ੍ਹਾਂ ਨੇ ਪਹਿਲਾਂ ਅਰਥਾਂ ਸਮੇਤ ਸਹਿਜ ਪਾਠ ਨਹੀਂ ਸ਼ੁਰੂ ਕੀਤਾ ਸੀ ਅੱਜ ਸ਼ੁਰੂ ਕਰਨਗੇ ਹੱਥ ਖੜਾ ਕਰੋ ਵਾਓ ਸ਼ਾਬਾਸ਼ ਬੱਤ ਤੁਸੀਂ ਸਮਰੀ ਤੁਸੀਂ YouTube ਤੋਂ Gurgyan TV ਤੋਂ ਅਰਥਾ ਸਮੇਤ ਸਹਿਜਪੜ ਸ਼ੁਰੂ ਕਰ ਦਿੱਤਾ ਪੁੱਤ ਹਾਂਜੀ ਮੈਂ ਸ਼ੁਰੂ ਕੀਤਾ ਆ ਵਾਓ ਕਿੰਨੇ ਐਪੀਸੋਡ ਤੇ ਪਹੁੰਚ ਗਏ ਪੁੱਤ ਮੈਨੂੰ ਲੱਗਦਾ ਮੈਂ 10 ਤੇ ਜਾਂ 7 ਤੇ ਆ ਉਹ ਵਾਓ ਬਹੁਤ ਅੱਛੇ ਪੁੱਤ ਸ਼ਾਬਾਸ਼ ਓਕੇ ਸਾਰਿਆਂ ਨੇ ਸ਼ੁਰੂ ਕਰਨਾ ਬੇਟਾ ਜੀ ਠੀਕ ਹੈ ਤੇ ਆਪਣੇ ਇੱਕ ਕਾਪੀ ਲਾ ਲਵੋ ਕਾਪੀ ਤੇ ਲਿਖ ਲਵੋ ਅੱਜ ਐਨਾ ਐਪੀਸੋਡ ਹੋ ਗਏ ਆ ਕੁਝ ਵੀ ਹੋਵੇ ਜਿੰਨੇ ਮਰਜ਼ੀ ਸਾਡੀ ਲਾਈਫ ਵਿਜੀ ਹੋਵੇ ਇੱਕ ਅਸੀਂ ਐਪੀਸੋਡ ਅਰਥਾਂ ਸਮੇਤ ਯਾਨੀ ਇੱਕ ਅੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥਾਂ ਸਮੇਤ ਸਹਿਜ ਪਾਠ ਕਰਨਾ ਹੀ ਕਰਨਾ ਹੈ ਠੀਕ ਹੈ ਉਹਦੇ ਚ ਐਪੀਸੋਡ ਮੈਕਸਿਮਮ ਆਪਾਂ 35 ਮਿੰਟ 40 ਮਿੰਟ ਗੁਰੂ ਦੇ ਲਈ ਕੱਢਣੇ ਨੇ ਉਹਦੇ ਨਾਲ ਸਾਨੂੰ ਨੌਲੇਜ ਅੰਦਰ ਇੰਸਟਾਲ ਹੁੰਦੀ ਹੈ ਸਾਨੂੰ ਕਨਸੈਪਟ ਪਤਾ ਲੱਗਦੇ ਨੇ ਫਿਰ ਮੈਂ ਤੁਹਾਨੂੰ ਹੌਲੀ ਹੌਲੀ ਜਦੋਂ ਤੁਸੀਂ ਮੈਨੂੰ ਪਤਾ ਲੱਗ ਗਿਆ ਕਿ ਤੁਹਾਡਾ ਲੈਵਲ ਜਿਹੜਾ ਹੈ ਉਹ ਅੰਡਰਸਟੈਂਡਿੰਗ ਦਾ ਲੈਵਲ ਗੁਰਬਾਣੀ ਅੰਡਰਸਟੈਂਡਿੰਗ ਦਾ ਤੁਹਾਡਾ ਅਪਗ੍ਰੇਡ ਹੋ ਗਿਆ ਤਾਂ ਫਿਰ ਉਸ ਵੇਲੇ ਮੈਂ ਤੁਹਾਨੂੰ ਗੁਰਬਾਣੀ ਗ੍ਰੈਮਰ ਵੀ ਸਿਖਾਵਾਂਗਾ ਗੁਰਬਾਣੀ ਦੇ ਅੰਦਰ ਗ੍ਰੈਮੈਟੀਕਲ ਫਾਰਮਸ ਨੇ ਬੇਟਾ ਜੀ ਤੁਹਾਡੇ ਚੋਂ ਜਿਹੜੇ ਜਿਹੜੇ ਵੀ ਪੰਜਾਬੀ ਕੋਣ-ਕੋਣ ਪੜ ਲੈਂਦੇ ਨੇ ਹੱਥ ਖੜਾ ਕਰਿਓ ਓਕੇ ਪੰਜਾਬੀ ਵਿੱਚ ਬੇਟਾ ਜੀ ਕਿਸੇ ਵੀ ਵਰਡ ਦੇ ਸ਼ਬਦ ਦੇ ਅਖੀਰ ਤੇ ਔਂਕੜ ਨਹੀਂ ਲੱਗਿਆ ਹੁੰਦਾ ਤੇ ਅਖੀਰ ਤੇ ਸਿਹਾਰੀ ਨਹੀਂ ਹੁੰਦੀ ਗੁਰਬਾਣੀ ਅੰਦਰ ਅਖੀਰ ਤੇ ਔਂਕੜ ਸਿਹਾਰੀਆਂ ਜਿਹੜੀਆਂ ਨੇ ਉਹ ਬਾ ਕਮਾਲ ਇੱਕ ਗ੍ਰੈਮੈਟੀਕਲ ਕੌਤਕ ਨੇ ਉਹ ਤੁਹਾਨੂੰ ਸਿਖਾਏ ਜਾਣਗੇ ਫਿਰ ਆਪਾਂ ਸਿੱਖਾਂਗੇ ਗੁਰਬਾਣੀ ਅੰਦਰ ਸ਼ਬਦ ਕਿਵੇਂ ਵਰਤੇ ਜਾਂਦੇ ਨੇ ਦੂਸਰੇ ਮਤਾਂ ਦੇ ਕਨਸੈਪਟ ਨੂੰ ਕਿਵੇਂ ਰੱਖਿਆ ਜਾਂਦਾ ਉਸ ਕਨਸੈਪਟ ਦੇ ਨਾਲ ਗੁਰਮਤ ਦੇ ਕਨਸੈਪਟ ਦੀ ਕਿਵੇਂ ਕੰਪੈਰੀਜ਼ਨ ਕੀਤਾ ਜਾਂਦਾ ਉਹਦਾ ਤੁਲਨਾ ਤੁਲਨਾ ਕਿਵੇਂ ਕੀਤੀ ਜਾਂਦੀ ਹੈ ਤੇ ਗੁਰਮਤ ਦੇ ਕਨਸੈਪਟ ਸਾਡੀ ਨੇਚਰ ਨਾਲ ਸਾਡੀ ਥੌਟ ਨਾਲ ਕਿਵੇਂ ਰਿਲੇਟ ਹੁੰਦੇ ਨੇ ਠੀਕ ਹੈ ਤੇ ਆਪਾਂ ਨੈਕਸਟ ਵੀਕ ਲਿਸਟ ਫਾਈਨਲ ਕਰਾਂਗੇ ਜਿਹੜਾ ਪੋਇਮ ਕੰਪੀਟੀਸ਼ਨ ਹੋ ਰਿਹਾ ਹੈ ਠੀਕ ਹੈ ਨਾ ਜਿਹੜੀ ਕਪਤਾਮਾ ਦਾ ਕੰਪੀਟੀਸ਼ਨ ਹੈ ਉਹਦੇ ਵਿੱਚ ਨੈਕਸਟ ਵੀਕ ਤੱਕ ਜਿੰਨਾਂ ਜਿੰਨਾਂ ਦੇ ਫਾਰਮ ਨਹੀਂ ਭਰੇ ਹੋਏ ਉਹ ਫਾਰਮ sikcommunity.net ਤੇ ਜਾ ਕੇ ਆਨਲਾਈਨ ਕਲਾਸ ਕਲਿੱਕ ਕਰਕੇ ਉਥੋਂ ਫਾਰਮ ਜ਼ਰੂਰ ਫਿਲ ਕਰ ਦੇਣਾ ਤੇ ਮੇਰੇ ਕੋਲੇ ਜਿਹੜੇ ਪੋਇਮਸ ਵਾਸਤੇ ਦਾਸ ਨਾਮ ਆ ਚੁੱਕੇ ਨੇ ਤੁਹਾਡੇ ਚੋਂ ਹੋਰ ਜਿਹੜੇ ਜਿਹੜੇ ਪੋਇਮ ਕੰਪੀਟੀਸ਼ਨ 'ਚ ਹਿੱਸਾ ਲੈਣਾ ਚਾਹੁੰਦੇ ਨੇ ਉਹਨਾਂ ਦਾ ਫਾਰਮ ਜ਼ਰੂਰ ਭਰਿਆ ਹੋਣਾ ਚਾਹੀਦਾ ਔਰ ਉਹ ਆਪਣਾ ਨਾਮ ਜਿਹੜਾ ਰਜਿਸਟਰ ਕਰਾ ਦੇਣ ਤਾਂ ਤੁਹਾਨੂੰ ਇੱਕ ਪੋਇਮ ਦੀ ਵੀਡੀਓ ਭੇਜੀ ਜਾਏਗੀ ਨਾਲ ਉਹਦੀ ਸਕ੍ਰਿਪਟ ਭੇਜੀ ਜਾਏਗੀ ਉਹ ਸਕ੍ਰਿਪਟ ਨੂੰ ਦੇਖ ਕੇ ਵੀਡੀਓ ਨੂੰ ਸੁਣ ਸੁਣ ਕੇ ਤੁਸੀਂ ਉਹਦੀ ਪ੍ਰੈਕਟਿਸ ਕਰਨੀ ਹੋਏਗੀ ਫਿਰ ਤੁਸੀਂ ਆਪਣੀ ਇੱਕ ਤੁਹਾਨੂੰ ਦੱਸ ਦਿੱਤਾ ਜਾਏਗਾ ਕਿਉਂਕਿ ਨੈਕਸਟ ਵੀਕ ਤੱਕ ਆਪਾਂ ਫਾਰਮ ਲਵਾਂਗੇ ਜਾਨੀ ਨੈਕਸਟ ਵੀਕ 27 ਮਾਰਚ ਤੱਕ ਠੀਕ ਹੈ ਫਿਰ ਤੁਹਾਨੂੰ 1 2 ਜਾਂ 3 3 ਮਾਰਚ ਤੱਕ ਤੁਹਾਨੂੰ ਸਾਰਿਆਂ ਨੂੰ ਵੀਡੀਓਜ਼ ਤੇ ਉਸ ਪੋਇਮ ਦੀ ਸਕ੍ਰਿਪਟ ਪਹੁੰਚ ਜਾਏਗੀ ਉਸ ਤੋਂ ਬਾਅਦ ਆਪਾਂ ਕੰਪੀਟੀਸ਼ਨ ਦੀ ਜਿਹੜੀ ਡੇਟ ਰੱਖਾਂਗੇ ਉਹ ਰੱਖਾਂਗੇ ਤਕਰੀਬਨ ਤੁਸੀਂ 12 ਤਾਰੀਖ ਤੱਕ ਤਿਆਰੀ ਕਰੋਗੇ ਤੇ 12 ਤਾਰੀਖ ਨੂੰ ਤੁਸੀਂ ਆਪਣੀਆਂ ਵੀਡੀਓਜ਼ ਬਣਾ ਕੇ ਭੇਜੋਗੇ ਉਹਦੇ ਚ ਜਿਹਦਾ ਜਿਹਦਾ ਵੀ ਪ੍ਰਾਈਜ਼ ਹੋਏਗਾ ਉਹ ਆਪਾਂ ਬਾਅਦ ਦੇ ਵਿੱਚ ਡਿਸਾਈਡ ਕਰਕੇ ਤੁਹਾਨੂੰ ਦੱਸ ਦੇਵਾਂਗੇ ਨੈਕਸਟ ਵੀਕ ਇਸੇ ਟਾਈਮ ਦੇ ਉੱਪਰ ਕਲਾਸ ਲੱਗੇਗੀ ਸਾਰਿਆਂ ਨੇ ਆਉਣਾ ਔਰ ਕੋਸ਼ਿਸ਼ ਕਰਨੀ ਆਪਣੇ ਫਰੈਂਡ ਸਰਕਲ ਨੂੰ ਹੋਰ ਮੋਟੀਵੇਟ ਕਰੋ ਜਿਹਨੂੰ ਜਿਹਨੂੰ ਨਹੀਂ ਪਤਾ ਉਹਨੂੰ ਦੱਸੋ ਮੋਟੀਵੇਟ ਕਰਕੇ ਸਾਰੇ ਬੱਚੇ ਜੁੜਦੇ ਰਹਿਣ ਸਾਰਿਆਂ ਦਾ ਤੁਹਾਡਾ ਧੰਨਵਾਦ ਬੇਟਾ ਜੀ ਨੈਕਸਟ ਵੀਕ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਵਾਹ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ